ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਆਪਣੇ ਭਾਸ਼ਣ 'ਚ ਕਹਿੰਦੇ ਸੁਣੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਦੇਣ ਦੀ ਜਥੇਬੰਦੀ ਹੈ, ਪਰ ਹੁਣ ਅਕਾਲੀ ਦਲ ਤੇ ਵੱਡਾ ਇਲਜ਼ਾਮ ਲੱਗ ਰਿਹਾ ਹੈ ਕਿ ਅਕਾਲੀ ਦਲ ਪਾਰਟੀਆਂ ਦਾ ਰਾਹ ਛੱਡ ਚੁੱਕੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਦਾਅਵਾ ਕੀਤਾ ਕਿ ਉਹਨਾਂ ਨੇ ਅਸੂਲਾਂ ਕਰਕੇ ਇੱਕ ਵੱਡੀ ਕੁਰਬਾਨੀ ਦਿੱਤੀ ਜੋ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲੜਨ ਤੋਂ ਸਾਫ਼ ਨਾ ਕਰ ਦਿੱਤੀ, ਜਿਸ ਦੇ ਚਲਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸੀਏ ਤੇ ਆਪਣਾ ਸਟੈਂਡ ਲਿਆ ਤੇ ਸਟੈਂਡ ਨੂੰ ਬਦਲਣ ਦੀ ਬਜਾਏ ਉਹਨਾਂ ਨੇ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸੀਏ ਕੇ ਉੱਪਰ ਆਪਣਾ ਸਟੈਂਡ ਲਿਆ ਉਸਕੇ ਚਲਤੇ ਬਾਰ ਬਾਰ ਇਸ ਬਾਤ ਪਰ ਮੰਥਨ ਹੋ ਰਹਾ ਥਾ ਭਾਰਤੀ ਜਨਤਾ ਪਾਰਟੀ ਕੀ ਲੀਡਰਸ਼ਿਪ ਕੀ ਤਰਫ ਸੇ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਫਰ ਕੀਆ ਵਿਧਾਨ ਸਭਾ ਕੀ ਸੀਟੋਂ ਕੋ ਛੋੜਨਾ ਬਜਾਏ ਇਸਕੇ ਕਿ ਆਪਣੇ ਸਟੈਂਡ ਕੋ ਛੋੜੇ। ਬਾਰ ਬਾਰ ਯੇ ਬਾਤ ਕੋ ਦੁਹਰਾਇਆ ਜਾਣੇ ਲਗਾ। ਹਮਨੇ ਯੇ ਪ੍ਰੈਫਰ ਕੀਆ ਹਮ ਇਸ ਚੁਣਾਵ ਕੋ ਲੜਨਾ ਨਾ ਪਸੰਦ ਕਰੇਂਗੇ ਬਜਾਏ ਇਸਕੇ ਕਿ ਹਮ ਆਪਣੇ ਸਟੈਂਡ ਕੋ ਬਦਲੇ। ਉਧਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਬੀਜੇਪੀ ਨੇ ਆਪਣੇ ਫੈਸਲੇ ਨਾਲ ਅਕਾਲੀ ਦਲ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ, ਜਿਸ ਕਾਰਨ ਅਕਾਲੀ ਦਲ ਦੀ ਇਸ ਤੋਂ ਹੋਰ ਮੰਦੀ ਹਾਲਤ ਨਹੀਂ ਹੋ ਸਕਦੀ। ਮੈਂ ਸਮਝਦਾ ਵਾਂ ਕਿ ਅੱਜ ਜੋ ਫੈਸਲਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਕਿ ਅਕਾਲੀ ਦਲ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ, ਇਸ ਤੋਂ ਮਾੜੀ ਹਾਲਤ 'ਚ ਅਕਾਲੀ ਦਲ ਕਦੀ ਨਹੀਂ ਹੋ ਸਕਦਾ। ਤੁਸੀਂ ਕੀ ਪ੍ਰੈਫਰੈਂਸ ਕਰ ਰਹੇ ਹੋ ਹੁਣ? ਅਕਾਲੀ ਦਲ ਦਿੱਲੀ ਵਾਲੇ ਉਹ ਆਖ ਰਹੇ ਨੇ ਜੀ ਕਿ ਅਸੀਂ CAA ਕਰਕੇ ਅਸੀਂ ਆਪਣੇ ਆਪ ਨੂੰ ਵਿਡਰਾਅ ਕੀਤਾ। ਮੈਂ ਸਮਝਦਾ ਵਾਂ ਕਿ ਬੀਜੇਪੀ ਨੂੰ ਸਮਝ ਆ ਗਈ ਸੀ ਕਿ ਜੇ ਤੁਹਾਡੀਆਂ ਫੋਟੋਆਂ ਲੱਗੀਆਂ ਤੇ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਸਿੱਖਾਂ ਨੇ। ਦਰਅਸਲ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਕਾਫੀ ਮਜ਼ਬੂਤ ਗੱਠਜੋੜ ਹੈ, ਪਰ ਇਹ ਗੱਠਜੋੜ ਹੁਣ ਦਿੱਲੀ ਵਿੱਚ ਵੀ ਬਣਦਾ ਨਹੀਂ ਦਿਖਾਈ ਦੇ ਰਿਹਾ, ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਅਗਰ ਬੀਜੇਪੀ ਨਾਲ ਗੱਲ ਨਾ ਬਣੀ ਤਾਂ ਉਹ ਇਕੱਲੇ ਲੜਨਗੇ। ਪਰ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕਰ ਦਿੱਤਾ ਕਿ ਅਕਾਲੀ ਦਲ ਦਿੱਲੀ 'ਚ ਇਲੈਕਸ਼ਨ ਨਹੀਂ ਲੜਨਗੇ, ਜਿਸ ਦਾ ਕਾਰਨ CAA ਹੈ, ਕਿਉਂਕਿ ਅਕਾਲੀ ਦਲ ਚਾਹੁੰਦਾ ਹੈ ਕਿ CAA ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਜਦੋਂ ਚੋਣਾਂ ਸੰਬੰਧੀ ਭਾਰਤੀ ਜਨਤਾ ਪਾਰਟੀ ਨਾਲ ਮੀਟਿੰਗਾਂ ਹੋਈਆਂ ਤਾਂ ਮੀਟਿੰਗਾਂ ਦੌਰਾਨ ਬੀਜੇਪੀ ਨੇ ਉਹਨਾਂ ਨੂੰ ਕਿਹਾ ਕਿ ਆਪਣਾ ਸਟੈਂਡ ਬਦਲੋ, ਪਰ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣਾ ਸਟੈਂਡ ਨਹੀਂ ਛੱਡਣਗੇ। ਪਰ ਦੱਸਿਆ ਜਾ ਰਿਹਾ ਕਿ ਬੀਜੇਪੀ ਨੇ ਕੋਈ ਵੀ ਸੀਟ ਅਕਾਲੀ ਦਲ ਦੇ ਹਿੱਸੇ ਨਹੀਂ ਪਾਈ, ਜਿਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸੀਟਾਂ ਦੀ ਕੋਈ ਗੱਲ ਨਹੀਂ ਹੋਈ। ਬਿਊਰੋ ਰਿਪੋਰਟ ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।